ਬੱਚੇ ਮਾਰੇ ਔਰ ਉਹਨਾਂ ਦੇ ਵਾਲਦੈਨ ਨਾਲ ਉਹਨਾਂ ਦੇ ਕਤਲ ਕਰ ਦਿੱਤੇ ਔਰ ਫਿਰ ਝੂਠ ਮੂਠ ਦੀ ਕਹਾਣੀ ਬਣਾ ਕੇ ਕਿ ਦਹਿਸ਼ਤਗਰਦ ਸੀ, ਫਲਾ ਸੀ, ਫਲਾ ਸੀ, ਇਹ ਸਾਰਾ ਕੁਛ ਕਹਿ ਕੇ ਲਾ ਕੇ ਮਕਸਦ ਇਹ ਵੇ ਕਿ ਇਸ ਵਾਕੇ ਨੂੰ ਤਵੱਜੋ ਹਟਾਈ ਜਾਏ ਔਰ ਜ਼ਾਲਮਾਂ ਨੂੰ ਪਨਾਹ ਦੇ ਕੇ ਬਚਾ ਲਿਆ ਜਾਏ। ਸਿਰਫ ਜ਼ਾਲਿਮ ਨਹੀਂ, ਕਾਤਿਲ ਕਾਤਲਾਂ ਨੂੰ ਪਨਾਹ ਦਿੱਤੀ ਜਾਏ, ਜ਼ਾਲਮਾਂ ਨੂੰ ਬਚਾ ਲਿਆ ਜਾਏ ਔਰ ਮਜ਼ਲੂਮ ਖਾਨਦਾਨ ਜਿਹੜਾ ਕਤਲ ਹੋ ਗਿਆ, ਜਿਹੜੇ ਵਿਚਾਰੇ ਇੱਥੋਂ ਚਲੇ ਗਏ, ਉਹਨਾਂ ਦੇ ਪੁਰਸਾ ਦੇ ਮਜ਼ੀਦ ਜ਼ਖਮਾਂ 'ਤੇ ਨਮਕ ਛਿੜਕਣ ਵਾਲਾ ਕੰਮ ਕੀਤਾ ਜਾਏ ਔਰ ਕਿਸੇ ਵੀ ਗੁਨਾਹਗਾਰ ਨੂੰ ਕੋਈ ਸਜ਼ਾ ਨਾ ਮਿਲੇ। ਅੱਜ ਦਾ ਦਸਤੂਰ ਮਨਸ਼ੂਰ ਹੈ, ਬਣ ਚੁੱਕਿਆ ਹੈ। ਕੋਈ ਗਰੀਬ ਜ਼ੁਲਮ ਕਰੇ ਉਸਨੂੰ ਪੂਰੀ ਸਜ਼ਾ, ਕੋਈ ਅਮੀਰ ਜ਼ੁਲਮ ਕਰੇ ਉਸਨੂੰ ਕੋਈ ਸਜ਼ਾ ਨਹੀਂ। ਅਗਰ ਅਸੀਂ ਤਾਰੀਖ ਇਸਲਾਮੀ ਦੇ ਦੌਰ ਦਾ ਮੁਤਾਲਾ ਕਰੀਏ, ਜਿਸ ਨੂੰ ਰਿਆਸਤ ਮਦੀਨਾ ਆਖਿਆ ਜਾਂਦਾ ਹੈ, ਰਿਆਸਤ ਮਦੀਨਾ ਬਣੇ, ਰਿਆਸਤ ਮਦੀਨਾ ਦੇ ਅੰਦਰ ਇਸ ਤਰ੍ਹਾਂ ਦੇ ਫੈਸਲੇ ਨਹੀਂ ਹੁੰਦੇ ਸੀ ਕਿ ਕਿਸੇ ਵੱਡੇ ਨੇ ਜ਼ੁਲਮ ਕਰ ਲਿਆ ਤਾਂ ਉਸਨੂੰ ਮੁਆਫੀ ਹੈ, ਕਿਸੇ ਸਰਕਾਰੀ ਬੰਦੇ ਨੇ ਜ਼ੁਲਮ ਕਰ ਲਿਆ ਉਸਨੂੰ ਮੁਆਫੀ ਹੈ, ਹਜ਼ੂਰ ਦੇ ਰਿਸ਼ਤੇਦਾਰ ਨੇ ਜਾਂ ਹਜ਼ੂਰ ਦੇ ਕਿਸੇ ਸਹਾਬੀ ਨੇ ਜ਼ੁਲਮ ਕਰ ਲਿਆ ਉਸਨੂੰ ਮੁਆਫੀ ਹੈ। ਅਗਰ ਕਿਸੇ ਯਹੂਦੀ, ਈਸਾਈ, ਕਿਸੇ ਹੋਰ ਮਜ਼ਹਬ ਵਾਲੇ ਨੇ ਜਾਂ ਕਿਸੇ ਗਰੀਬ ਖਾਨਦਾਨ ਵਾਲੇ ਨੇ ਜ਼ੁਲਮ ਕੀਤਾ ਤਾਂ ਉਸਨੂੰ ਸਜ਼ਾ ਮਿਲੇ, ਐਸਾ ਰਿਆਸਤ ਮਦੀਨਾ ਦੇ ਅੰਦਰ ਕਦੀ ਨਹੀਂ ਹੋਇਆ। ਜਦੋਂ ਜ਼ੁਲਮ ਸਾਬਤ ਹੋ ਜਾਂਦਾ ਸੀ ਫੌਰਨ ਉਸਦੇ ਉੱਤੇ ਸਜ਼ਾ ਦਾ ਹੁਕਮ ਨਾਫਿਜ਼ ਕਰ ਦਿੱਤਾ ਜਾਂਦਾ ਸੀ, ਮੁਰਸਾ ਮਾਫ ਕਰ ਦੇਣ ਬਾਅਦ ਕੀ ਕਰਦੇ। ਲੇਕਿਨ ਮੁਰਸਾ ਦੀ ਮਾਫੀ ਤੋਂ ਬਗੈਰ ਕਿਸੇ ਜਗ੍ਹਾ ਦੇ ਅੰਦਰ ਅਸੀਂ ਨਹੀਂ ਮਿਸਾਲ ਪੇਸ਼ ਕਰ ਸਕਦੇ ਕਿ ਸਿਰਫ ਸਰਕਾਰੀ ਬੰਦਾ ਹੋਣ ਦੀ ਵਜ੍ਹਾ ਤੋਂ ਜਾਂ ਹਜ਼ੂਰ ਅਲੈਹਿ ਸਲਾਮ ਦਾ ਕਰੀਬੀ ਬੰਦਾ ਹੋਣ ਦੀ ਵਜ੍ਹਾ ਤੋਂ ਉਹਨੂੰ ਮਾਫੀ ਮਿਲੀ ਹੋ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਦੌਰ ਹੈ, ਦੋ ਔਰਤਾਂ ਆਪਸ ਵਿੱਚ ਲੜ ਰਹੀਆਂ, ਇੱਕ ਹਜ਼ੂਰ ਦੇ ਸਾਹਬੀ ਨੇ, ਉਹਨਾਂ ਦਾ ਨਾਂ ਹਜ਼ਰਤ ਅਨਸ ਬਿਨ ਨਜ਼ਰ ਰਜ਼ੀ ਅੱਲਾਹੁ ਤਾਲਾ, ਇੱਕ ਉਹਨਾਂ ਦੀ ਬਹਿਣ ਰਬੀ ਬਿਨ ਨਜ਼ਰ ਰਜ਼ੀ ਅੱਲਾਹੁ ਤਾਲਾ, ਇੱਕ ਦੂਸਰੇ ਖਾਨਦਾਨ ਦੀ ਔਰਤ ਆਪਸ 'ਚ ਲੜ ਪਈ। ਲੜਾਈ ਦੇ ਅੰਦਰ ਤੁਹਾਨੂੰ ਪਤਾ ਕੋਈ ਸ਼ੈ ਵੀ ਇੱਕ ਦੂਸਰੇ ਨੂੰ ਮਾਰ ਬੈਠੀਆਂ, ਕਿਸੇ ਗੱਲ 'ਤੇ ਝਗੜਾ ਹੋਇਆ ਔਰ ਹਜ਼ਰਤ ਅਨਸ ਦੀ ਜਿਹੜੀ ਬਹਿਣ ਸੀ ਹਮਸ਼ੀਰਾ ਸੀ, ਹਜ਼ਰਤ ਰਬੀ ਬਿਨ ਅਨਸ ਰਜ਼ੀ ਅੱਲਾਹੁ ਤਾਲਾ, ਇਹਨਾਂ ਦੇ ਹੱਥ 'ਚ ਪੱਥਰ ਆਇਆ, ਇਹਨਾਂ ਨੇ ਉਸ ਦੇ ਵੱਲ ਮਾਰਿਆ, ਦੂਸਰੀ ਔਰਤ ਵੱਲ, ਉਸ 'ਤੇ ਜਾ ਕੇ ਦੰਦ 'ਤੇ ਲੱਗ ਗਿਆ ਔਰ ਦੰਦ ਉਸ ਦਾ ਟੁੱਟ ਗਿਆ। ਉਹਨਾਂ ਨੇ ਮੁਕੱਦਮਾ ਲਿਆ ਕਿ ਆਕਾ ਅਲੈਹਿ ਸਲਾਤੁ ਵਸਲਾਮ ਦੀ ਬਾਰਗਾਹ 'ਚ ਪੇਸ਼ ਕਰਤਾ, ਯਾ ਰਸੂਲੱਲਾਹ, ਹਜ਼ਰਤ ਅਨਸ ਦੀ ਬਹਿਣ ਨੇ ਸਾਡੇ ਖਾਨਦਾਨ ਦੀ ਔਰਤ ਦੇ ਉੱਤੇ ਪੱਥਰ ਮਾਰਿਆ, ਉਸ ਦਾ ਦੰਦ ਟੁੱਟ ਗਿਆ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਅਨਸ ਰਜ਼ੀ ਅੱਲਾਹੁ ਤਾਲਾ ਅਨਹਾ ਦੀ ਹਮਸ਼ੀਰਾ ਨੂੰ ਬੁਲਾ ਲਿਆ। ਹਜ਼ਰਤ ਅਨਸ ਵੀ ਆ ਗਏ, ਮੁਖਾਲਿਫ ਫਰੀਕ ਵੀ ਆ ਗਿਆ। ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਅਨਸ ਤੇਰੀ ਬਹਿਣ ਨੇ ਜ਼ੁਲਮ ਕੀਤਾ, ਯਾ ਰਸੂਲੱਲਾਹ, ਅਸੀਂ ਇਤਰਾਫੇ ਜ਼ੁਲਮ ਕਰਨੇ ਆ। ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਅਲ-ਕਿਸਾਸ, ਅਲ-ਕਿਸਾਸ, ਅਨਸ ਤੈਨੂੰ ਪਤਾ ਹੈ ਜ਼ੁਲਮ ਸਾਬਤ ਹੋ ਜਾਏ ਤੇ ਅੱਲਾਹ ਦਾ ਕੁਰਾਨ ਦਾ ਫੈਸਲਾ ਹੈ, ਜਿਸ ਨੇ ਕੋਈ ਜ਼ੁਲਮ ਕੀਤਾ ਉਸਦੀ ਸਜ਼ਾ ਉਸਨੂੰ ਜ਼ਰੂਰ ਦਿੱਤੀ ਜਾਂਦੀ ਹੈ। ਤੇਰੀ ਬਹਿਣ ਨੇ ਇੱਕ ਔਰਤ ਦਾ ਦੰਦ ਤੋੜਿਆ ਹੈ, ਲਿਹਾਜ਼ਾ ਬਦਲੇ ਦੇ ਅੰਦਰ ਤੇਰੀ ਬਹਿਣ ਦਾ ਦੰਦ ਤੋੜਿਆ ਜਾਏਗਾ। ਹਜ਼ਰਤ ਅਨਸ ਰਜ਼ੀ ਅੱਲਾਹ ਅਨਹੂ ਕਿਹਾ, ਯਾ ਰਸੂਲੱਲਾਹ, ਮੁਆਫੀ ਕੀਤੀ ਜਾਵੇ। ਹਜ਼ੂਰ ਨੇ ਫਰਮਾਇਆ, ਮੈਂ ਮੁਆਫੀ ਨਹੀਂ ਦੇ ਸਕਦਾ, ਜਿਸ ਨਾਲ ਜ਼ੁਲਮ ਹੋਇਆ ਮਜ਼ਲੂਮ ਨੂੰ ਮੁਆਫ ਕਰ ਦੇਵੇ ਤੇ ਕਾਜ਼ੀ ਤੇ ਜੱਜ ਨੂੰ ਵੀ, ਚੀਫ ਜਸਟਿਸ ਨੂੰ ਵੀ, ਅਹੁਦੇ ਦਾਰ ਨੂੰ ਵੀ ਮੁਆਫ ਕਰਨ ਦਾ ਹੱਕ ਹੈ। ਅਗਰ ਮਜ਼ਲੂਮ ਮੁਆਫ ਨਹੀਂ ਕਰਦਾ ਫਿਰ ਕਿਸੇ ਕਾਜ਼ੀ, ਕਿਸੇ ਸਦਰ, ਕਿਸੇ ਵਜ਼ੀਰ ਨੂੰ ਮੁਆਫ ਕਰਨ ਦਾ ਇਖਤਿਆਰ ਮੇਰੇ ਅੱਲਾਹ ਨੇ ਨਹੀਂ ਦਿੱਤਾ, ਇਸ ਵਾਸਤੇ ਮੈਂ ਮੁਆਫੀ ਨਹੀਂ ਦੇ ਸਕਦਾ। ਤੇਰੀ ਬਹਿਣ ਦਾ ਦੰਦ ਤੋੜਿਆ ਜਾਏਗਾ। ਹਜ਼ਰਤ ਅਨਸ ਰਜ਼ੀ ਅੱਲਾਹ ਅਨਹੁ ਕਹਿਣ ਲੱਗੇ, ਮੈਂ ਅੱਲਾਹ ਦੀ ਕਸਮ ਖਾਂਦਾ ਹਾਂ, ਮੇਰੀ ਬਹਿਣ ਦਾ ਦੰਦ ਨਹੀਂ ਤੋੜਿਆ ਜਾਏਗਾ। ਹਜ਼ਰਤ ਅਨਸ ਨੇ ਕਸਮ
ਹਜ਼ਰਤ ਫਾਰੂਕ
نوجوان
اللہ دے قانون تو ہٹ کے سکون مل سکتا نہیں۔ کسی بھی ریاست دے پر امن ہونے والے جان، مال، عزت اور عقل، ان چار چیزوں کا محفوظ ہونا ضروری ہے۔ جان، مال، عزت اور عقل۔ جان کی حفاظت اللہ نے فرمائی، جان کی حفاظت اللہ نے فرمائی، فقان مال قتل الناس لیا، اللہ قرآن میں جلال کر رہے ہیں، جس نے ایک انسان کو قتل کیتا، جس نے ایک انسان نجائز قتل کیتا، فرمایا فقان مال قتل الناس لیا، اس نے ایک انسان قتل نہیں کیتا بلکہ اس نے ساری انسانیت کا قتل کیا، اس نے ساری انسانیت کا قتل کیا۔ اور قرآن کریم کو اگر بہت اگر پڑھا جائے، قرآن کے اندر کسی جگہ پہ اللہ نے اتنے غصے کا اظہار فرمایا جتنا قتل دے جرم کے اندر غصے کا اظہار فرمایا، من قتل منکم متعمدا فجزاؤہ جہنم خالدا فیہا، اللہ تبارک و تعالی نے اس کے اندر اعلان فرمایا جس آدمی نے جان بوجھ کے کسی نے قتل کیتا، من قتل منکم متعمدا فجزاؤہ جہنم، پہلی سزا اللہ نے غصے کا اظہار فرمایا، اس کی سزا جہنم، دوسرا سنو خالدا فیہا، اللہ کہتے ہیں جہنم کے اندر ہمیشہ رہے گا، تیسری سزا وغضب اللہ علیہ، اللہ اس کے ناراض نے، اللہ اس پہ غصہ کر رہے ہیں، فرمایا چوتھی سزا ولعنہ، اللہ اس پہ لعنت بھیج رہے ہیں، پنجویں سزا وعذرہ عذاباً عظیماً، اللہ نے اس کے واسطے بہت بڑا عذاب تیار کیا۔ اس طرح کی سخت سزا اور سخت غصے کا اظہار اللہ نے کسی اور جرم سے نہیں فرمایا، قتل کے جرم سے فرمایا، یہ پانچ قسم کے غصے کا اظہار اللہ نے فرمایا، لعنت بھی اس پہ، اللہ کا غضب بھی اس پہ، اللہ کی لعنت اور اللہ کی طرف عذاب اور جہنم اور ہمیشہ کی جہنم۔ اور دوسری چیز مال کا تحفظ، کوئی مال کسی کا چوری لے جائے، اللہ نے کہا مساری کو مساری کا متفقہ ہو گئی کیا ہوگا، جزا بھی ماں کا سوا نکالا بھی نہ تھا، اللہ کہتے ہیں کوئی چوری کر لے اس کا ہاتھ کٹو، اس کے اندر تمہارے واسطے حفاظت ہے، چور کا ہاتھ کٹیا جائے دوسری دفعہ چور چوری کرنے کا بات کرے گا کہ میرا ہاتھ کٹ دیتا جائے گا۔ اور اسی طریقے عزت کی حفاظت، کوئی کسی سے زبردستی کرے، کوئی کسی نہ زنا کرے، جرم کرے، شریعت نے زنا کے حد مقرر فرمائی، غیر شادی شدہ کرے، غیر شادی شدہ کرے، سو کوڑے لگائے جائیں، شادی شدہ کرے، سمسار کیتا جائے تاکہ ہر ایک کی عزت محفوظ رہے، کسی کی نیت خراب ہوئے بھی صحیح، وہ سزا دیکھ کے رک جائے، لیکن ادو ہوئے گا جب اس سزا کا نفاذ ہوئے، سزا جاری ہوئے۔ اور اللہ نے چوتھی چیز عقل کی بھی حفاظت کی تھی، جان بھی محفوظ، مال بھی محفوظ، عزت بھی محفوظ۔ اگر عقل انسان کو پورا نہیں، ہوش پورے نہیں، پھر کوئی شادی سے کام بھی نہیں۔ اس واسطے جڑی جڑی چیز عقل کو خراب کر سکتی سی، عقل کے پردے پا سکتی سی، میرے اللہ نے اس چیز کو حرام کیتا، اس چیز کو حرام کیتا۔ اس کے اندر سب تو بڑی خراب کرنے والی عقل کی چیز شراب، نشہ، اللہ نے کیا شراب، ہر نشہ والی چیز تو ہمارے تے حرام، نشے والی چیز استعمال نہیں کرنی، رب نے تمہارے تے حرام کر چھڑی ہے، اگر نشے والی چیز کے قریب جاؤ گے عقل خراب ہوئے گا، اور جب عقل خراب پھر سارا معاشرہ خراب ہوئے گا، اس کے عقل کے خراب ہونے اس کی زندگی تباہ۔ اس واسطے اللہ کے نظام کے اندر چاروں چیزوں کی حفاظت ہے، جان کی بھی حفاظت، مال کی بھی حفاظت، عزت کی حفاظت، عقل کی حفاظت۔ جب اللہ کے قرآن کو، نبی کے فرمان کو، اللہ کے دین کو چھڑ کے ہورا پاسے جاؤ گے، پھر کوئی چیز محفوظ رہنے والی نہیں۔ اس واسطے دوستو بزرگو، اللہ تبارک و تعالیٰ کو دعا بھی کرنی ہے، اسی اپنی انفرادی زندگی کے اندر کوشش بھی کرنی ہے کہ حقیقی معنی کے اندر اللہ سب مسلمان بنا، اللہ اسلام کی تعلیمات کو اپنانے کو بھی قطع ہو پائے۔ اس واسطے ظلم و ستم ہر طرف عام ہو رہے ہیں، تھلے تو لے کے اوپر تک، ایک عام طبقے کا انسان، عام معاشرے کا انسان کو لے کے اوپر عہدے دار تک، ہر بندہ ظلم کرنے سے کھلیا ہوا ہے، اور ظلم اس انداز کر رہے کہ اپنے آپ کو ظالم بھی تصور نہیں کرتا کہ میں ظلم
ਜ਼ੁਲਮ ਵੀ ਕੀਤਾ ਕਿ ਨਹੀਂ ਕੀਤਾ, ਆਪਣੇ ਆਪ ਨੂੰ ਪਾਕ ਦਾ ਮਹਿਸੂਸ ਕਰਦੇ, ਕਿਸੇ ਇਨਸਾਨ ਨੂੰ ਕਦਰ ਕਰ ਦੇਣਾ, ਫਿਰ ਇਹ ਜਿਹੜਾ ਵਾਕਿਆ ਹੋਇਆ ਬੜਾ ਜ਼ੁਲਮ ਹੋਇਆ। ਔਰ ਇਸ ਅੰਦਰ ਅਜੀਬ ਗੱਲ ਇਹ ਵੀ ਕਿ ਕੋਈ ਬੰਦਾ ਮਾਰ ਦਿਓ, ਫਿਰ ਉਸ ਤੋਂ ਬਾਅਦ ਕੋਈ ਤਹਿਕੀਕ ਕਰੋ ਕਿ ਦਹਿਸ਼ਤਗਰਦ ਹੈ ਇਸ ਲਈ, ਇਹਦਾ ਵਾਹਿਗੁਰੂ ਬੈਠਾ ਸੀ। ਹਾਂਜੀ, ਯਾਨੀ ਪਹਿਲੇ ਸਜ਼ਾ ਦੇ ਦਿਓ, ਫਿਰ ਤਹਿਕੀਕ ਕਰੋਗੇ ਇਹਦਾ ਜ਼ੁਲਮ ਹੈ ਕਿ ਨਹੀਂ। ਅੱਲਾਹ ਤਬਾਰਕ ਵ ਤਾਲਾ ਨੇ ਵਾਜ਼ਿਹ ਤੌਰ ਤੇ ਦੱਸਿਆ ਅਮਨ ਚਾਹੁੰਦੇ ਹੋ ਤੇ ਹੈ ਕਾਨੂੰਨ ਤੁਹਾਡੇ ਸਾਹਮਣੇ ਪਏ ਨੇ, ਲੇਕਿਨ ਅਸੀਂ ਅਮਨ ਹੋਰਾਂ ਪਾਸੇ ਲੱਭਣਾ ਸ਼ੁਰੂ